ਸਤਿ ਸ਼੍ਰੀ ਅਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਅਤੇ ਪੰਜਾਬ ਸਰਕਾਰ ਦੇ ਵੱਲੋਂ ਪਾਬੰਦੀ ਸ਼ੁਦਾ ਲਿਫਾਫਿਆਂ ਨੂੰ ਲੈ ਕੇ ਲਗਾਤਾਰ ਪਿਛਲੇ ਸਮੇਂ ਤੋਂ ਹੁਕਮ ਜਾਰੀ ਕੀਤੇ ਜਾਂਦੇ ਨੇ ਕਿ ਇਹਨਾਂ ਲਿਫਾਫਿਆਂ ਨੂੰ ਨਾ ਵਰਤਿਆ ਜਾਵੇ। ਜੇ ਬਠਿੰਡਾ ਸਬਜ਼ੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਪਾਬੰਦੀ ਸ਼ੁਦਾ ਲਿਫਾਫੇ ਲਗਾਤਾਰ ਧੜਾ ਧੜ ਇੱਥੇ ਵਿਕਦੇ ਨਜ਼ਰ ਆ ਰਹੇ ਨੇ। ਜਦੋਂ ਉੱਥੇ ਲਿਫਾਫਿਆਂ ਸੰਬੰਧੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਲਿਫਾਫਿਆਂ 'ਤੇ ਸਖਤੀ ਕਰਨੀ ਚਾਹੀਦੀ ਹੈ, ਪਰ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਇਹਨਾਂ ਛੋਟੇ ਦੁਕਾਨਦਾਰਾਂ ਨੂੰ ਪਰੇਸ਼ਾਨ ਨਾ ਕਰੇ, ਸਗੋਂ ਫੈਕਟਰੀਆਂ ਬੰਦ ਕਰਨ। ਦੂਸਰੇ ਪਾਸੇ ਲੋਕ ਵੀ ਜ਼ਿੰਮੇਵਾਰੀ ਨਹੀਂ ਸਮਝਦੇ, ਖਾਲੀ ਹੱਥ ਮੰਡੀ ਦੇ ਵਿੱਚ ਆ ਜਾਂਦੇ ਨੇ, ਜਿਸ ਦੇ ਮਜਬੂਰੀ ਵੱਸ ਹੋ ਕੇ ਲਿਫਾਫੇ ਇਹਨਾਂ ਛੋਟੇ ਦੁਕਾਨਦਾਰਾਂ ਨੂੰ ਦੇਣੇ ਪੈਂਦੇ ਨੇ ਕਿਉਂਕਿ ਸਬਜ਼ੀ ਹੱਥ ਦੇ ਵਿੱਚ ਨਹੀਂ ਫੜਾ ਸਕਦੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਮਾਨਤਾ ਪ੍ਰਾਪਤ ਲਿਫਾਫੇ ਹਨ ਉਹ ਬਹੁਤ ਮਹਿੰਗੇ ਨੇ, ਲੋਕ ਖਰੀਦ ਨਹੀਂ ਸਕਦੇ, ਜਿੱਥੇ ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਨੇ ਕਿ ਜੇ ਸਰਕਾਰ ਬੰਦ ਕਰਨਾ ਚਾਹੁੰਦੀ ਹੈ ਤਾਂ ਕਾਨੂੰਨੀ ਸਖਤੀ ਕੀਤੀ ਜਾਵੇ। ਅਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਹੈ ਕਿ ਲੋਕ ਵੀ ਇਸ ਦੇ ਵਿੱਚ ਸਹਿਯੋਗ ਕਰਨ। ਇਸ ਦੇ ਨਾਲ ਹੀ ਤੁਸੀਂ ਤਸਵੀਰਾਂ ਬਠਿੰਡਾ ਸਬਜ਼ੀ ਮੰਡੀ ਦੀਆਂ ਦੇਖ ਰਹੇ ਹੋ। ਬਹੁਗਿਣਤੀ ਲੋਕ ਹੱਥਾਂ ਦੇ ਵਿੱਚ ਪਾਬੰਦੀ ਸ਼ੁਦਾ ਲਿਫਾਫਿਆਂ ਦੇ ਵਿੱਚ ਸਬਜ਼ੀ ਲੈ ਕੇ ਜਾ ਰਹੇ ਨੇ, ਜਿੱਥੇ ਉਹ ਵਾਤਾਵਰਣ ਨੂੰ ਖਰਾਬ ਕਰ ਰਹੇ ਨੇ, ਉੱਥੇ ਸੀਵਰੇਜ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਲੋਕਾਂ ਨੂੰ ਹੀ ਸਾਹਮਣਾ ਕਰਨਾ ਪੈਂਦਾ ਕਿਉਂਕਿ ਲਿਫਾਫੇ ਕਾਫੀ ਲੰਬਾ ਸਮਾਂ ਤੱਕ ਗਲਦੇ ਨੇ। ਕਈ ਵਾਰ ਗਊਆਂ ਵੀ ਇਹਨਾਂ ਲਿਫਾਫਿਆਂ ਨੂੰ ਖਾ ਜਾਂਦੀਆਂ ਨੇ, ਜਿਸ ਨਾਲ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਅਤੇ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਫੈਕਟਰੀਆਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ। ਉੱਥੇ ਲੋਕਾਂ ਤੋਂ ਵੀ ਮੰਗ ਕੀਤੀ ਗਈ ਹੈ ਕਿ ਆਪਣੇ ਘਰੋਂ ਹੀ ਥੈਲੇ ਲੈ ਕੇ ਆਉਣ ਤਾਂ ਕਿ ਦੁਕਾਨਦਾਰਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਮੇਰੇ ਨਾਲ ਰਾਜ ਆ, ਅਸੀਂ ਅੱਡੇ 'ਤੇ ਬੀੜੀ ਸਿਗਰਟ ਵਗੈਰਾ ਹੋਰ ਲੱਟਣ ਪਟਣ ਥੋੜ੍ਹਾ ਮੋਟਾ ਸਮਾਨ ਉਹ ਕੱਪੜੇ ਦੇ ਆ ਜੀ, ਜੇ ਮਾੜਾ ਮੋਟਾ ਦੂਜੇ ਵੇਚਦੇ ਵੀ ਹੈ ਅਸੀਂ ਮਜਬੂਰ ਹੋ ਕੇ ਵੇਚਦੇ ਹਾਂ ਕਿਉਂਕਿ ਕੱਪੜੇ ਵਾਲੇ ਲਿਫਾਫੇ ਸਾਡੇ ਕੋਲ ਗਾਹਕ ਲੈਂਦਾ ਨਹੀਂ ਤਾਂ ਸਾਨੂੰ ਵੇਚਣੇ ਪੈਂਦੇ ਆ, ਨਹੀਂ ਵੇਚਦੇ। ਹਾਂ ਇਹ ਮਹਿੰਗੇ ਆ, ਉਹ ਕਹਿੰਦੇ ਲੈ ਕੇ ਨਹੀਂ ਆਉਂਦੇ ਤਾਂ ਹੀ ਤਾਂ ਵਿਕਦੇ ਆ, ਸਾਡੇ ਕੋਲ ਗਾਹਕ ਮੰਗਦਾ ਤਾਂ ਦੇ ਦਿੰਦੇ ਹਾਂ ਅਸੀਂ, ਵੀ ਥੱਲਿਆ ਲੈ ਕੇ ਆਉਣ ਕੁਛ ਮਰਜ਼ੀ ਲੈ ਕੇ ਆਉਣ ਸਾਨੂੰ ਕੀ ਤਰਾਜ਼ਗੀ ਹੈ। ਫੈਕਟਰੀ ਬੰਦ ਕਰ ਦੇਣ, ਆਪੇ ਬੰਦ ਹੋ ਗਿਆ, ਹੋਲਸੇਲਰ ਤੇ ਫੈਕਟਰੀਆਂ ਬੰਦ ਕਰ ਦੇਣ, ਬੰਦ ਹੋ ਗਿਆ। ਸਾਨੂੰ ਗਰੀਬ ਬੰਦਿਆਂ ਨੂੰ ਕਿਉਂ ਤੰਗ ਕੀਤਾ ਜਾਂਦਾ, ਸਰਕਾਰ ਸਾਨੂੰ ਕਿਉਂ ਤੰਗ ਕਰਦੀ ਹੈ? ਗਰੀਬ ਬੰਦਿਆਂ ਨੂੰ ਨਾ ਤੰਗ ਕਰੇ, ਫੈਕਟਰੀਆਂ ਤੇ ਹੋਲਸੇਲਰ ਬੰਦ ਕਰਾ ਦੇ, ਬੰਦ ਹੋ ਜੂਗਾ। ਕਿਆ ਨਾਮ ਹੈ ਆਪਕਾ? ਹੀਰਾ ਲਾਲ ਜੀ। ਹੀਰਾ ਲਾਲ ਜੀ, ਸਰਕਾਰ ਨੇ ਲਿਫਾਫੇ ਬੰਦ ਕੀਏ ਹੋਏ, ਤੋ ਆਪ ਲਿਫਾਫੋ ਮੇ ਸਬਜ਼ੀ ਡਾਲ ਕੇ ਲੈ ਜਾ ਰਹੇ, ਕਿਆ ਕਰੇ? ਮੰਡੀ ਸੇ ਡਾਲ ਰਹੇ ਹੋ? ਮੰਡੀ ਸੇ ਮਿਲ ਰਹੇ ਹੈ? ਹਾਂ ਮੰਡੀ ਸੇ ਮਿਲ ਰਹੇ ਹੈ। ਸ਼ਰਿਆਂ ਮਿਲ ਰਹੇ ਹੈ? ਤੋ ਆਪ ਘਰ ਸੇ ਥੈਲਾ ਵਗੈਰਾ ਕਿਉਂ ਨਹੀਂ ਲੈ ਕੇ ਆਤੇ? ਘਰ ਸੇ ਗੱਟਾ ਲੈ ਕੇ ਆਏ ਹੈ। ਹਾਂ ਤੋ ਫਿਰ ਲਿਫਾਫੇ ਕਿਉਂ ਲਿਏ? ਲਿਫਾਫੇ ਮੈਂ ਦੇ ਰਹੇ ਜੀ। ਨਹੀਂ ਆਪ ਥੈਲਾ ਲੈ ਕੇ ਉਹਦੇ ਥੈਲੇ 'ਚ ਪਾ ਕੇ ਜਾਂਦੇ, ਗੱਟਾ ਲੈ ਕੇ ਆਏ ਹਾਂ। ਰਾਜਸਥਾਨੀ ਸੁਖਪਾਲ ਜੀ, ਇਹ ਜਿਹੜੇ ਲਿਫਾਫੇ ਆ ਇਹ ਗਵਰਨਮੈਂਟ ਨੇ ਬੰਦ ਕੀਤੇ ਹੋਏ, ਤੁਸੀਂ ਰੱਖੇ ਹੋਏ, ਕੀ ਕਹਿਣਾ ਚਾਹੁੰਦੇ? ਕੀ ਕਰੀਏ, ਕਸਟਮਰ ਕੋਲ ਲਿਫਾਫੇ ਦੇ ਸਾਮਾਨ ਤੋਂ ਪਾ ਕੇ ਦੇਣਾ ਹੀ ਪੈਂਦਾ। ਨਹੀਂ ਸਰਕਾਰ ਵੱਲੋਂ ਬੰਦ ਕੀਤੇ ਗਏ ਜਿਹੜੇ। ਰੇਸ਼ਮ ਸਿੰਘ, ਵੇਖੋ ਜੀ ਆਹ ਲਿਫਾਫੇ ਤੇ ਬੰਦ ਹੋ ਜਾਣਗੇ, ਪਰ ਜਿਹੜੇ ਲਿਫਾਫੇ ਵੱਡੇ ਵੱਡੇ ਮੌਲਾਂ ਚੱਲਦੇ ਆ ਉਹ ਵੀ ਬੰਦ ਹੋਣੇ ਚਾਹੀਦੇ ਆ, ਬੋਤਲਾਂ ਪਾਣੀ ਦੀਆਂ ਵਾ, ਕਿ ਹਰ ਇੱਕ ਸ਼ੈ ਲਿਫਾਫੇ 'ਚ ਹੀ ਆਉਣ ਡਿਆ ਵਾ, ਉਹ ਬੰਦ ਹੋਣ। ਫੈਕਟਰੀਆਂ ਕਿਹਨਾਂ ਦੀਆਂ ਵਾ? ਫੈਕਟਰੀਆਂ ਬੰਦ ਕਰ ਦੇਣ ਆਪੇ ਬੰਦ ਹੋ ਜਾਣ ਸਭ ਕੁਝ, ਉਹਦੇ ਸਭ ਕੁਝ ਲਿਫਾਫਿਆਂ 'ਚ ਆ। ਇੱਕ ਗਰੀਬ ਵਿਚਾਰਾ ਉੱਥੇ ਦਿੰਦਾ ਤਾਂ ਉਹਨੂੰ ਫੜਦੇ ਆ ਵੀ ਤੂੰ ਕਿਉਂ
ਸਭ ਲਿਫਾਫੇ ਸਭ ਲਿਫਾਫਿਆਂ ਜੀ ਆ, ਉਹਨਾਂ ਨੂੰ ਕੋਈ ਨੀ ਪੁੱਛਦਾ ਜੀ, ਉਹਨਾਂ ਨੂੰ ਕੋਈ ਨੀ ਪੁੱਛਦਾ। ਪੂਰਾ ਪੂਰਾ ਹੀ ਚਾਹੀਦਾ ਵਾ ਜੀ, ਅੱਗੇ ਨੂੰ ਫਰਕ ਪਿਆ ਵਾ, ਨਹੀਂ ਤਾਂ ਕਿਤੇ ਕਾਲੇ ਕਾਲੇ ਲਿਫਾਫੇ ਹੁੰਦੇ ਸੜਕਾਂ ਦੇ, ਹੁਣ ਬਹੁਤ ਫਰਕ ਪੈ ਗਿਆ ਜੀ। ਦਾਸ ਦਾ ਨਾਮ ਰਾਜਦੀਪ ਸਿੰਘ ਰਾਜੂ ਹੈ ਜੀ, ਬਤੌਰ ਸਬਜ਼ੀ ਮੰਡੀ ਦਾ ਸੇਵਾਦਾਰ ਹਾਂ ਜੀ ਮੈਂ। ਸਰ ਦੇਖੋ, ਅਸੀਂ ਤਾਂ ਲੋਕਾਂ ਨੂੰ ਬੜੀ ਅਪੀਲ ਕਰਦੇ ਹਾਂ ਵੀ ਉਹ ਥੈਲਾ ਲੈ ਕੇ ਆਉਣ, ਪਰ ਸਾਡੀ ਮਜਬੂਰੀ ਬਣ ਜਾਂਦੀ ਹੈ, ਸਾਡੇ ਕੋਲ ਹੋਰ ਕੋਈ ਸਾਧਨ ਹੀ ਹੈ ਨਹੀਂ। ਜੇ ਅਸੀਂ ਹੱਥਾਂ ਦੇ ਵਿੱਚ ਬਣਾਉਂਦੇ ਹਾਂ ਤਾਂ ਗਾਹਕ ਇਤਰਾਜ਼ ਕਰਦਾ। ਸੋ ਮੇਰੀ ਤਾਂ ਲੋਕਾਂ ਨੂੰ, ਬਠਿੰਡਾ ਵਾਸੀਆਂ ਨੂੰ ਅਪੀਲ ਹੈ ਕਿ ਉਹ ਥੈਲਾ ਲੈ ਕੇ ਆਉਣ, ਨਾਲੇ ਤਾਂ ਪ੍ਰਦੂਸ਼ਣ ਦੀ ਵੀ ਬਚਤ ਹੋਵੇ, ਸਾਰਾ ਕਿਸੇ ਮਤਲਬ ਸੈਟਿੰਗ ਨਾਲ ਹੋ ਜਾਵੇ ਕੰਮ। ਅਤੇ ਬਾਕੀ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜਿੱਥੇ ਉਹਨਾਂ ਨੇ ਬੰਦ ਕੀਤਾ ਹੈ ਲਿਫਾਫਾ, ਸ਼ਹਿਰ 'ਚ ਬੰਦ ਹੈ, ਨਗਰ ਨਿਗਮ ਦੁਆਰਾ ਬੰਦ ਹੈ, ਪਰ ਉੱਥੇ ਫੈਕਟਰੀਆਂ ਤਾਂ ਚੱਲ ਰਹੀਆਂ ਨਾ, ਫੈਕਟਰੀਆਂ ਧੜੱਲੇ ਨਾਲ ਆਪਣਾ ਲਿਫਾਫਾ ਵੇਚ ਰਹੀਆਂ ਨੇ। ਜੇ ਫੈਕਟਰੀਆਂ 'ਤੇ ਨਕੇਲ ਕੱਸੀ ਜਾਵੇ, ਉਹਨਾਂ ਨੂੰ ਬੰਦ ਕੀਤਾ ਜਾਵੇ, ਸਾਡੇ ਤੱਕ ਪਹੁੰਚਣਾ ਹੀ ਨਹੀਂ ਲਿਫਾਫਾ। ਸਰ ਬੰਦ ਤਾਂ ਹੀ ਹੋਊਗਾ ਜੇ ਫੈਕਟਰੀਆਂ ਬੰਦ ਹੋ ਜਾਣਗੀਆਂ, ਜਦੋਂ ਮਾਲ ਫੈਕਟਰੀਆਂ 'ਚੋਂ ਨਿਕਲਣਾ ਹੀ ਬੰਦ ਹੋ ਗਿਆ ਤਾਂ ਸਾਡੇ ਤੱਕ ਪਹੁੰਚਣਾ ਹੀ ਬੰਦ ਹੋ ਜੂ। ਸਰ ਖਾਨਾ ਪੂਰਤੀ ਅਫਸਰ ਆਪਣੀ ਡਿਊਟੀ ਢੰਗ ਸਿਰ ਕਰ ਨਹੀਂ ਰਹੇ, ਜੇ ਅਫਸਰ ਆਪਣੀ ਡਿਊਟੀ ਢੰਗ ਸਿਰ ਕਰਨ ਤਾਂ ਇੱਕ ਲਿਫਾਫਾ ਵੀ ਨਹੀਂ ਵਿਕਦਾ। ਲੋਕਾਂ ਨੂੰ ਕੀ ਚਾਹੀਦੀ, ਲੋਕਾਂ ਨੂੰ ਸੁਵਿਧਾ ਚਾਹੀਦੀ ਹੁੰਦੀ ਹੈ। ਸੁਵਿਧਾ ਹੁਣ ਇੱਕ ਸਾਡੇ ਕੋਲ ਕੋਈ ਗਾਹਕ ਆਲੂ ਲੈਣ ਆ ਗਿਆ, ਹੁਣ ਆਲੂ ਅਸੀਂ ਉਹਨੂੰ ਕੀ ਲਿਫਾਫੇ 'ਚ ਪਾ ਕੇ ਦੇਵਾਂਗੇ, ਸਾਡੀ ਵੀ ਮਜਬੂਰੀ ਹੈ। ਜੇਕਰ ਗਾਹਕ ਨੂੰ ਲਿਫਾਫਾ ਮਿਲਣਾ ਹੀ ਨਹੀਂ ਤਾਂ ਗਾਹਕ ਆਪਣੇ ਆਪ ਥੈਲਾ ਘਰੋਂ ਲੈ ਕੇ ਆਊਗਾ, ਥੈਲੇ ਵਿੱਚ ਪਾ ਕੇ ਲੈ ਕੇ ਜਾਊਗਾ, ਨਾਲੇ ਤਾਂ ਉਹਨਾਂ ਨੂੰ ਵੀ ਸੌਖਾ, ਨਾਲੇ ਸਾਨੂੰ ਸੌਖਾ। ਦੇਖੋ ਇਹ ਤਾਂ ਸਰ ਸਿਸਟਮ ਬਣਾਉਣਾ ਪੈਣਾ ਸਰਕਾਰ ਨੂੰ। ਹਿਮਾਚਲ ਦੇ ਵਿੱਚ ਤਾਂ ਲਿਫਾਫਾ ਤਾਂ ਬੜੀ ਦੂਰ ਦੀ ਗੱਲ ਹੈ, ਥੁੱਕਣਾ ਵੀ ਮਨਾ ਹੈ, ਉੱਥੇ ਥੁੱਕਣ 'ਤੇ ਵੀ 150 ਰੁਪਏ ਜੁਰਮਾਨਾ ਹੈ। ਜੇ ਸਰਕਾਰ ਸਖਤੀ ਕਰੂਗੀ ਲੋਕ ਵੀ ਨਾਲ ਚੱਲਣਗੇ, ਪਰ ਮੇਰੀ ਤਾਂ ਲੋਕਾਂ ਨੂੰ ਇਹੀ ਅਪੀਲ ਹੈ ਵੀ ਹਮੇਸ਼ਾ ਸਾਰੀਆਂ ਗਲਤੀਆਂ ਸਰਕਾਰ 'ਤੇ ਨਹੀਂ ਥੋਪੀਆਂ ਜਾਂਦੀਆਂ, ਕੁਛ ਗਲਤੀਆਂ ਕੁਛ ਜ਼ਿੰਮੇਵਾਰੀਆਂ ਸਾਡੀਆਂ ਵੀ ਹੁੰਦੀਆਂ, ਸਾਨੂੰ ਵੀ ਜ਼ਿੰਮੇਵਾਰੀ ਦੇ ਨਾਲ ਚੱਲਣਾ ਚਾਹੀਦਾ। ਰਕੇਸ਼ ਨਰੂਲਾ ਜੀ, ਸਮਾਜ ਸੇਵੀ ਜੀ। ਆਮ ਨਿਰਾਕੀ ਹੈ ਜੀ, ਪ੍ਰਸ਼ਾਸਨ ਦੀ ਵੀ ਨਿਰਾਕੀ ਆ, ਕੁਛ ਲੋਕਾਂ ਦਾ ਵੀ ਕਸੂਰ ਹੈਗਾ। ਤੁਸੀਂ ਮੇਰੇ ਹੱਥ 'ਚ ਥੈਲਾ ਦੇਖ ਰਹੇ ਹੋ, ਮੈਂ ਜਦੋਂ ਸਬਜ਼ੀ ਮੰਡੀ ਜਾਂਦਾ ਬਾਜ਼ਾਰ ਜਾਂਦਾ ਥੈਲਾ ਨਾਲ ਲੈ ਕੇ ਜਾਂਦਾ, ਕੋਸ਼ਿਸ਼ ਇਹ ਕਰਦੇ ਆ ਜਿਹੜੀ ਚੀਜ਼ ਥੈਲੇ 'ਚ ਪਾਉਣ ਵਾਲੀ ਹੈ ਉਹ ਥੈਲੇ 'ਚ ਹੀ ਪਾਈ ਦੀ ਹੈਗੀ ਹੈ। ਜੇ ਕੋਈ ਪਲਾਸਟਿਕ ਦਾ ਲਿਫਾਫਾ ਯੂਜ਼ ਕਰਨਾ ਵੀ ਪੈ ਜੇ, ਮੈਂ ਉਸਨੂੰ ਰੀਸਾਈਕਲ ਕਰਦਾ ਹੈਗਾ, ਤਾਂ ਕਿ ਇੱਕ ਲਿਫਾਫਾ ਕਈ ਵਾਰੀ ਕੰਮ ਆ ਜਾਵੇ ਜਿਹੜੀ ਸਾਡੀ ਮਜਬੂਰੀ ਹੋਵੇ। ਇਸ ਕਰਕੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਬੈਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਲੱਗੇ ਵੀ ਵਾਕਈ ਬੈਨ ਹੈਗਾ। ਹੁਣ ਤਾਂ ਬੈਨ ਹੋਇਆ ਨਾ ਹੋਇਆ ਲਗਭਗ ਬਰਾਬਰ ਹੀ ਹੈਗਾ, ਅਸੀਂ ਕਹਿ ਦਿੰਦੇ ਹਾਂ ਇੰਨੇ ਮਾਈਕਰੋਨ ਦਾ ਬੰਦ ਹੈ, ਇੰਨੇ ਮਾਈਕਰੋਨ ਦਾ ਖੁੱਲ੍ਹਾ ਹੈਗਾ, ਪਰ ਉਹਦੇ ਨਾਲ ਜਿਹੜੀ ਮੂਵਮੈਂਟ ਸਾਰੀ ਖਤਮ ਹੋ ਜਾਂਦੀ ਹੈ। ਮੈਂ ਦੱਸਣ ਲੱਗਿਆ, ਕੰਪੇਨ ਅਸੀਂ ਵੀ ਚਲਾ ਰਹੇ ਹੈਗੇ ਹਾਂ, ਪਿੱਛੇ ਜੇ ਕੰਪੇਨ ਚਲਾਇਆ ਤਾਂ ਪਲਾਸਟਿਕ ਫੈਕਟਰੀ ਵਾਲੇ ਮੈਨੂੰ ਮਿਲੇ, ਮੈਨੂੰ ਕਹਿੰਦੇ ਜਾਂ ਤਾਂ ਸਾਨੂੰ ਮਾਰ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦਿਆਂਗੇ, ਕਿਉਂਕਿ ਸਾਡਾ ਬਿਜ਼ਨਸ ਬੰਦ ਹੋ ਗਿਆ, ਰੁਜ਼ਗਾਰ ਬੰਦ ਹੋ ਗਿਆ। ਮੈਂ ਕਿਹਾ ਜੀ ਇਹ ਗੱਲ ਨਹੀਂ, ਸਮੇਂ ਨਾਲ ਚੇਂਜ ਹੋਣਾ ਚਾਹੀਦਾ, ਤੁਸੀਂ ਚੇਂਜ ਕਰੋ, ਅਸੀਂ ਵੀ ਚੇਂਜ ਕਰਾਂਗੇ।
ਹਾਂ ਜਿਹੜੀ ਜੜ੍ਹ ਹੈ ਨਾ ਜੀ, ਅਸੀਂ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ, ਲੋਕਾਂ ਨੂੰ ਕੱਪੜੇ ਥੈਲੇ, ਜੂਟ ਦੇ ਥੈਲੇ, ਬਹੁਤ ਸਾਰੀਆਂ ਇਹਦੇ ਵਾਸਤੇ ਆਪਸ਼ਨਸ ਹੈਗੀਆਂ। ਜੇ ਅਸੀਂ ਅਡੋਪਟ ਕਰੀਏ ਤਾਂ ਪਲਾਸਟਿਕ ਬਿਲਕੁਲ ਖਤਮ ਹੋ ਜਾਏਗਾ। ਤੁਸੀਂ ਦੇਖਦੇ ਹਾਂ ਹਿਮਾਚਲ ਦੇ ਵਿੱਚ ਜਾਂ ਤੁਸੀਂ ਦੂਰ ਨਾਲ ਬਠਿੰਡਾ ਕੈਂਟ ਦੇ ਵਿੱਚ ਪਲਾਸਟਿਕ ਬੈਨ ਹੈ, ਜਦੋਂ ਲੋਕ ਜਾਂਦੇ ਆ ਕੈਂਟ ਦੇ ਵਿੱਚ ਵੜਨ ਸਾਰ ਹੀ ਲੋਕ ਚੁਕੰਨੇ ਹੋ ਜਾਂਦੇ ਆ, ਥੈਲੇ ਥੁੱਲੇ ਉਹ ਬਾਹਰ ਹੀ ਧਰਾ ਲੈਂਦੇ ਆ। ਨਹੀਂ ਨਹੀਂ ਆਪਣਾ ਨਾਇਬ ਸਿੰਘ ਜੀ ਦੋਨੇ ਗੱਲਾਂ ਹੈਗੀਆਂ, ਲੋਕਾਂ ਨੂੰ ਵੀ ਬਦਲਣਾ ਚਾਹੀਦਾ, ਸਰਕਾਰ ਵੀ ਥੋੜ੍ਹੀ ਸਖਤੀ ਹੋਵੇ, ਕਿਉਂਕਿ ਪਲਾਸਟਿਕ ਦੇ ਲਿਫਾਫੇ ਦੀ ਉਮਰ 1000 ਸਾਲ ਹੈ। ਜਿਹੜਾ ਜ਼ਮੀਨ 'ਤੇ ਵਿਛਿਆ ਉਸ ਜ਼ਮੀਨ ਨੂੰ ਉਸਨੇ ਬੈਨ ਕਰ ਦੇਣਾ, ਬਿਲਕੁਲ ਉਜਾੜ ਦੇਣਾ ਹੈਗਾ। ਕਿਉਂ ਨਹੀਂ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਹੈ ਤਾਂ ਅਸੀਂ ਆਪਣੀ ਆਦਤਾਂ ਦੀ ਤਬਦੀਲੀ ਕਰੀਏ।